ਤਰਤਾਲਵੀਂ ਕਹਾਣੀ ਕਲੀਸੀਆ ਦੀ ਸ਼ੁਰੂਆਤ ਹੁੰਦੀ ਹੈ। ਈਸਵੇ ਦੇ ਸਵਰਗੇ ਜੋ ਵਾਪਸ ਚਲੀ ਜਾਣੇ ਤੋਂ ਬਾਅਦ ਚੇਲੇ ਯਰੂਸ਼ਲਮ 'ਚ ਹੀ ਰੁਕੇ, ਜਿਵੇਂ ਕਿ ਈਸਵੇ ਤਿਨਾਂ ਜੋ ਕਰਨੇ ਦਾ ਹੁਕਮ ਦਿੱਤੇ ਥਾ। ਉੱਥੋਂ ਦੇ ਵਿਸ਼ਵਾਸੀ ਲੋਕ ਲਗਾਤਾਰ ਇੱਕ ਕੰਨੇ ਬੇਨਤੀ ਕਰਨੇ ਤਾਈਂ ਕਿੱਠੇ ਹੋਆ ਕਰਦੇ ਥੇ। ਹਰ ਸਾਲ ਫਸਲ ਦੇ ਤਿਉਹਾਰੇ ਦੇ 50 ਦਿਨਾਂ ਦੇ ਬਾਅਦ ਯਹੂਦੀ ਲੋਕ ਪੈਂਤੇਕੁਸਤ ਨਾਏ ਦੇ ਇੱਕ ਖਾਸ ਦਿਨੇ ਜੋ ਮਨਾਇਆ ਕਰਦੇ ਥੇ। ਪੈਂਤੇਕੁਸਤ ਸਹਿ ਵਕਤ ਥਾ ਜਲ ਯਹੂਦੀ ਲੋਕ ਕਣਕਾਂ ਦੀ ਕਟਾਈ ਹੈ ਜੋ ਮਨਾਇਆ ਕਰਦੇ ਥੇ। ਸਾਰੇ ਸੰਸਾਰੇ ਤੇ ਯਹੂਦੀ ਲੋਕ ਪੈਂਤੇਕੁਸਤ ਦੇ ਦਿਨੇ ਜੋ ਇੱਕ ਕੰਨੇ ਮਨਾਉਣੇ ਤਾਈਂ ਯਰੂਸ਼ਲਮ 'ਚ ਆਏ ਥੇ। ਇਸ ਸਾਲ ਪੈਂਤੇਕੁਸਤ ਮਨਾਉਣੇ ਦਾ ਵਕਤ ਈਸਵੇ ਦੇ ਸਵਰਗੇ ਜੋ ਚਲੇ ਜਾਣੇ ਦੇ ਲਗਭਗ ਇੱਕ ਹਫ਼ਤੇ ਦੇ ਬਾਅਦ ਆਇਆ ਥਾ। ਜਿਸ ਵਕਤ ਸਾਰੇ ਵਿਸ਼ਵਾਸੀ ਲੋਕ ਇੱਕ ਕੰਨੇ ਕਿੱਠੇ ਥੇ ਤਾਂ ਜਿਸ ਘਰੇ 'ਚ ਸਹਿ ਥੇ ਚਾਨਚਕ ਸਹਿ ਤੇਜ਼ ਹਵਾ ਦੀਆਂ ਆਵਾਜ਼ਾਂ ਨੇ ਬਰੂਈ ਗਿਆ। ਤਾਲੂ ਅੱਗੀ ਦੀਆਂ ਲਪਟਾਂ ਸਾਈਏ ਦਿਖਣੇ ਵਾਲਾ ਕੁਛ ਸਾਰੇ ਵਿਸ਼ਵਾਸੀਆਂ ਦੇ ਸਿਰਾਂ ਉੱਪਰ ਪ੍ਰਗਟ ਹੋਇਆ। ਸਹਿ ਸਾਰੇ ਪਵਿੱਤਰ ਆਤਮਾ ਨੇ ਬਰੂਈ ਗਏ, ਕੰਨੇ ਤਿੰਨਾਂ ਹੋਰਨਾਂ ਬਾਸਾਂ 'ਚ ਪ੍ਰਭੂ ਪਰਮਾਤਮੇ ਦੀ ਆਰਾਧਨਾ ਕੀਤੀ। ਇਹ ਸਹਿ ਭਾਸ਼ਾ ਥੀਆਂ ਜਿਨ੍ਹਾਂ ਜੋ ਗਲਾਣੇ ਤਾਈਂ ਤਿੰਨਾਂ ਜੋ ਪਵਿੱਤਰ ਆਤਮਾ ਨਿਪੁੰਨ ਕੀਤਾ ਥਾ। ਜਲੂ ਯਰੂਸ਼ਲਮ 'ਚ ਰਹਿਣ ਵਾਲੇ ਲੋਕਾਂ ਇਸ ਹੱਲੇ ਜੋ ਸੁਣਿਆ ਤਾਂ ਸਹਿ ਭੀੜਾ ਦੇ ਰੂਪੇ 'ਚ ਇਹ ਦਿਖਣੇ ਤਾਈਂ ਇਕੱਠੇ ਆਏ ਕਿ ਕਿਆ ਹੋਆ ਦਾ ਥਾ। ਤਿੰਨਾਂ ਵਿਸ਼ਵਾਸੀਆਂ ਜੋ ਪ੍ਰਭੂ ਪਰਮਾਤਮੇ ਦੁਆਰਾ ਕੀਤੇ ਗਏ ਵੱਡੇ ਵੱਡੇ ਕੰਮਾਂ ਦੀਆਂ ਐਲਾਨਾਂ ਜੋ ਕਰਦੇ ਹੋਏ ਸੁਣਿਆ, ਸਹਿ ਹੈਰਾਨ ਥੇ, ਕਜੋ ਕਿ ਸਹਿ ਤਿੰਨਾਂ ਕੰਮਾਂ ਜੋ ਆਪਣੀਆਂ ਭਾਸ਼ਾ 'ਚ ਸੁਣਾਉਂਦੇ ਥੇ। ਇਹਨਾਂ 'ਚ ਕੁਛ ਲੋਕਾਂ ਗਲਾਇਆ ਕਿ ਸਹਿ ਚੇਲੇ ਨਸ਼ੇ 'ਚ ਥੇ, ਅਪਰ ਪਤਰਸ ਖੜੂਤਾ ਕਨੇ ਇਹਨਾਂ ਨੇ ਗਲਾਇਆ, ਮੇਰੀ ਇਹ ਗੱਲਾਂ ਸੁਣਾ, ਇਹ ਲੋਕ ਨਸ਼ੇ 'ਚ ਨਹੀਂ ਹਨ, ਇਸਦੇ ਬਜਾਏ ਜਿਹੜਾ ਤੁਹਾਂ ਦਿਖਦੇ ਹਨ ਸਹਿ ਉਹੀ ਹੈ ਜਿਹੜਾ ਯੋਇਲ ਭਵਿਸ਼ਯ ਵਕਤਾ ਗਲਾਇਆ ਥਾ ਕਿ ਹੋਊਗਾ। ਪਰਮਾਤਮਾ ਗਲਾਇਆ, ਆਖਰੀ ਦੀਆਂ ਦਿਨਾਂ 'ਚ ਮੈਂ ਆਪਣਾ ਆਤਮਾ ਉਡੇਲਗਾ। ਹੇ ਇਜ਼ਰਾਈਲੀ ਮਾਣੂਓ, ਈਸੂ ਇੱਕ ਇਹਦੇ ਮਾਣੂ ਥਾ ਜਿੰਨੀ ਇਹ ਦੱਸਣੇ ਤਾਈਂ ਕਿ ਸਹਿ ਕੁਣ ਥਾ ਵੱਡੇ ਭਾਰੀ ਹੈਰਾਨੀ ਵਾਲੇ ਕੰਮ ਕੀਤੇ ਥੇ। ਤਿੰਨੀ ਪ੍ਰਭੂ ਪਰਮਾਤਮੇ ਦੀ ਸਮਰਥੀ ਤੇ ਵੱਡੇ ਭਾਰੀ ਹੈਰਾਨੀ ਵਾਲਿਆਂ ਕੰਮਾਂ ਜੋ ਕੀਤੇ ਥਾ ਤੁਹਾਂ ਇਹ ਜਾਣਦੇ ਹਨ, ਕਜੋ ਕਿ ਤੁਹਾਂ ਇਹਨਾਂ ਕੰਮਾਂ ਜੋ ਦੇਖਿਆ ਹੈ, ਅਪਰ ਤੁਹਾਂ ਤਿਸੀ ਕਰੂਸੇ ਪਰ ਚੜ੍ਹਾਈ ਦਿੱਤਾ। ਈਸੂ ਮਰੀ ਗਿਆ, ਅਪਰ ਪ੍ਰਭੂ ਪਰਮਾਤਮਾ ਤਿਸੀਓ ਮਰਿਆ ਹੋਇਆਂ ਤੇ ਜਿੰਦਾ ਕਰੀ ਦਿੱਤਾ। ਤਿੰਨੀ ਤਿਸਾ ਗੱਲਾਂ ਜੋ ਪੂਰਾ ਕਰੀ ਦਿੱਤਾ ਜਿਸਾ ਜੋ ਇੱਕ ਭਵਿਸ਼ਯ ਵਕਤਾ ਲਿਖਿਆ ਥਾ, ਤੂੰ ਆਪਣੇ ਪਵਿੱਤਰ ਮਾਣੂਏ ਜੋ ਕਬਰਾਂ 'ਚ ਸੜਨਾ ਨਹੀਂ ਦਿੰਗਾ। ਆਹ ਗਵਾਹ ਹਨ ਕਿ ਪਰਮਾਤਮਾ ਈਸੂਏ ਜੋ ਫਿਰੀ ਤੇ ਜਿੰਦਾ ਕਰੀ ਦਿੱਤਾ। ਪਰਮਾਤਮਾ ਪਿਤਾ ਨੇ ਹੁਣ ਈਸੂਏ ਜੋ ਆਪਣੇ ਸੱਜੇ ਪੱਖੇ ਬਿਠਾਈ ਕਰੀ ਤਿਸੀ ਉਹ ਆਦਰ ਦਿੱਤਿਆ ਹੈ। ਕਨੇ ਈਸਵੇ ਆਹਾਂ ਤਾਈਂ ਪਵਿੱਤਰ ਆਤਮਾ ਭੇਜਿਆ ਹੈ, ਜਿਵੇਂ ਕਿ ਤਿੰਨੀ ਵਾਅਦਾ ਕੀਤਾ ਥਾ ਕਿ ਸਹਿ ਭੇਜਗਾ। ਪਵਿੱਤਰ ਆਤਮਾ ਹੀ ਤਿੰਨਾਂ ਕੰਮਾਂ ਜੋ ਹੋਣਾ ਦਿਆਦਾ ਹੈ ਜਿਨ੍ਹਾਂ ਜੋ ਤੁਹਾਂ ਦਿੱਖਾ ਦੇ ਕਨੇ ਸੁਣਾਉਂਦੇ ਹਨ। ਤੁਹਾਂ ਤਿਸ ਮਾਣੂਏ ਈਸਵੇ ਜੋ ਕਰੂਸੇ ਪਰ ਟੰਗਵਾਈ ਦਿੱਤਾ, ਅਪਰ ਪੱਕਾ ਜਾਣੀ ਲਿਆ ਕਿ ਪਰਮਾਤਮਾ ਈਸਵੇ ਜੋ ਸਾਰੀਆਂ ਚੀਜ਼ਾਂ ਪਰ ਪ੍ਰਭੂ ਕਨੇ ਮਸੀਹ ਦੂਨੀ ਜੋ ਠਹਿਰਾਇਆ ਹੈ। ਪਤਰਸ ਦੀ ਸੁਣਨੇ ਵਾਲੇ ਲੋਕ ਇਸ ਦੀਆਂ ਗਲਾਈਆਂ ਗੱਲਾਂ ਨੇ ਅੰਦਰੇ ਤਿਕਰ ਹਿਲੀ ਗਈ ਉੱਥੇ। ਇਸ ਤਾਈਂ ਤਿੰਨਾਂ ਪਤਰਸ ਕਨੇ ਚੇਲਿਆਂ ਤੇ ਪੁੱਛਿਆ, ਹੇ ਭਾਊਓ, ਆਹਾਂ ਜੋ ਕਿਆ ਕਰਨਾ ਚਾਹੀਦਾ? ਪਤਰਸ ਨੇ ਤਿੰਨਾਂ ਜੋ ਜਵਾਬ ਦਿੱਤਾ, ਤੁਹਾਂ 'ਚ ਹਰ ਇੱਕ ਆਪਣੇ ਪਾਪਾਂ ਤਾਈਂ ਮਨ ਫਿਰਾਵ ਕਰਨ, ਤਾਂ ਕਿ ਪਰਮਾਤਮਾ ਤੁਹਾਂ ਦੇ ਪਾਪਾਂ ਜੋ ਮਾਫ਼ ਕਰੇ।
ਲੋਕਾਂ ਨੇ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈ ਤਾਂ ਸੈ ਤੁਹਾਂ ਜੋ ਵਰਦਾਨੇ ਦੇ ਰੂਪ ਵਿੱਚ ਪਵਿੱਤਰ ਆਤਮਾ ਵੀ ਦਿੰਗਾ। ਪਤਰਸੈ ਜਿਹੜਾ ਗਲਾਇਆ ਇਸ ਪਰ ਲਗਭਗ 3000 ਲੋਕਾਂ ਵਿਸ਼ਵਾਸ ਕੀਤਾ ਕਨੇ ਯਿਸੂ ਦੇ ਚੇਲੇ ਬਣੀ ਗਏ। ਤਿਨਾਂ ਬਪਤਿਸਮਾ ਲਿਆ ਕਨੇ ਯਰੂਸ਼ਲਮ ਦੀ ਕਲੀਸਿਯਾ ਦਾ ਹਿੱਸਾ ਬਣੀ ਗਏ। ਜਾਲੂ ਪ੍ਰੇਰਿਤਾਂ ਤਿਨਾਂ ਜੋ ਸਿੱਖਿਆ ਦਿੱਤੀਆਂ ਤਾਂ ਵਿਸ਼ਵਾਸੀਆਂ ਲਗਾਤਾਰ ਸੁਣਿਆ। ਸੈ ਅਕਸਰ ਮਿਲਦੇ ਥੇ ਕਨੇ ਇੱਕ ਕੰਨੇ ਖਾਣਾ ਖਾਂਦੇ ਥੇ ਕਨੇ ਤਿਨਾਂ ਅਕਸਰ ਇੱਕੀ ਦੂਏ ਤਾਈਂ ਬੇਨਤੀ ਕੀਤੀ। ਤਿਨਾਂ ਮਿਲੀ ਕਰੀ ਪਰਮਾਤਮੇ ਦੀ ਆਰਾਧਨਾ ਕੀਤੀ ਕਨੇ ਜਿਹੜਾ ਕੁਛ ਵੀ ਤਿਨਾਂ ਅਲੀ ਥਾ ਤਿਨਾਂ ਇੱਕ ਦੂਏ ਕੰਨੇ ਸਾਂਝਾ ਕੀਤਾ। ਨਗਰੇ ਦਾ ਹਰ ਇੱਕ ਮਾਣੂ ਤਿਨਾਂ ਤਾਈਂ ਖਰਾ ਵਿਚਾਰ ਰੱਖਦਾ ਥਾ। ਹਰ ਦਿਨ ਮਤੇ ਤੇ ਮਤੇ ਲੋਕ ਵਿਸ਼ਵਾਸੀ ਬਣਦੇ ਗਏ।